ਸਰਬੱਤ ਖਾਲਸਾ ਵੱਲੋਂ ਤਖਸ਼ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜੋ ਪਰਿਵਾਰ ਸਮੇਤ 4 ਮਾਰਚ ਤੋਂ ਇੰਗਲੈਂਡ ਵਿਖੇ ਪਰਿਵਾਰਕ ਦੌਰੇ ਤੇ ਗਏ ਸਨ। 17 ਜੂਨ ਨੂੰ ਆਪਣੇ ਪਰਿਵਾਰ ਧਰਮ ਸੁਪਤਨੀ ਵੀ ਸੁਖਮੀਤ ਕੌਰ ਸਪੁੱਤਰ ਭਾਈ ਕੁਰਬਾਨ ਸਿੰਘ ਅਤੇ ਭਾਈ ਕਿਆਮਤ ਸਿੰਘ ਦੇ ਨਾਲ ਵਾਪਸ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਆਪਣੇ ਹੈੱਡਕੁਆਟਰ ਵਿੱਚ ਪੁੱਜ ਗਏ ਹਨ। ਉਹਨਾਂ ਨੇ ਦੱਸਿਆ ਕਿ ਉਹ ਪਰਿਵਾਰਕ ਦੌਰੇ ਤੇ ਇੰਗਲੈਂਡ ਵਿਖੇ ਗਏ ਸਨ, ਪਰ ਇਸ ਦੌਰਾਨ ਵੀ ਉਹਨਾਂ ਨੇ ਇੰਗਲੈਂਡ ਦੇ ਵੱਖ ਵੱਖ ਮੁੱਖ ਗੁਰਦੁਆਰਿਆਂ ਵਿੱਚ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ। 30 ਮਾਰਚ ਨੂੰ ਉਹਨਾਂ ਨੇ ਵਾਪਸੀ ਕਰਨੀ ਸੀ, ਪਰ ਸੰਸਾਰ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਕਾਰਨ 23 ਮਾਰਚ ਇੰਗਲੈਂਡ ਵਿੱਚ ਵੀ ਲੋਕਡਾਊਨ ਹੋ ਗਿਆ ਅਤੇ ਸਾਰੀਆਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਰੱਦ ਹੋ ਗਈਆਂ ਸਨ, ਇਸ ਕਰਕੇ ਉਹ ਪਰਿਵਾਰ ਸਮੇਤ ਹੀ ਇੰਗਲੈਂਡ ਵਿੱਚ ਰੁਕ ਗਏ। 15 ਜੂਨ ਤੋਂ 21 ਜੂਨ ਤੱਕ ਭਾਰਤ ਵੱਲੋਂ ਰੋਜ਼ਾਨਾ ਦੀਆਂ 2 ਹਵਾਈ ਉਡਾਨਾਂ ਲੰਡਨ ਤੋਂ ਦਿੱਲੀ ਤੱਕ ਸ਼ੁਰੂ ਕੀਤੀਆਂ ਗਈਆਂ, ਜਿਸ ਵਿੱਚ 17 ਜੂਨ ਨੂੰ ਜਥੇਦਾਰ ਦਾਦੂਵਾਲ ਜੀ ਪਰਿਵਾਰ ਸਮੇਤ ਦਿੱਲੀ ਏਅਰਪੋਰਟ 'ਤੇ ਪੁੱਜੇ, ਜਿੱਥੇ ਜਥੇ ਦੇ ਸਿੰਘਾਂ ਨੇ ਉਹਨਾਂ ਦਾ ਸਵਾਗਤ ਕੀਤਾ। ਮੈਡੀਕਲ ਚੈੱਕਅਪ ਤੋਂ ਬਾਅਦ ਜਥੇ ਦੇ ਸਿੰਘਾਂ ਨਾਲ ਆਪਣੇ ਹੈੱਡਕੁਆਟਰ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਵਿਖੇ ਪੁੱਜ ਗਏ। ਉਹਨਾਂ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਕਾਲਾਂਵਾਲੀ ਵਿਖੇ ਉਹਨਾਂ ਨੇ ਆਪਣਾ ਮੈਡੀਕਲ ਚੈੱਕਅਪ ਕਰਵਾਇਆ ਅਤੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਹੀ ਇਕਾਂਤਵਾਸ ਕਰ ਰਹੇ ਹਨ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।